ਭਾਜੀ 2 ਮਹੀਨੇ ਹੋ ਗਏ, ਪਾਣੀ ਤੋਂ ਇੰਨੇ ਕੁ ਪਰੇਸ਼ਾਨ ਹੈ। ਠੀਕ ਹੈ ਜੀ, ਸੱਟਾਂ ਵੀ ਖਾ ਕੇ ਬਹਿ ਗਏ, ਛਾਤੀ 'ਤੇ ਵੀ ਸੱਟ ਲੱਗੀ ਹੈ, ਪੈਰ ਵੀ ਸਾਰੇ ਸੁੱਜ ਗਏ। ਟੈਂਕਰ ਭੇਜਦਾ ਜੀ, ਟੈਂਕਰ ਭੇਜਦੇ, ਟੈਂਕਰ ਨਾਲ ਕੀ ਮਸਲਾ, ਕੋਈ ਹੱਲ ਨਹੀਂ ਹੈ ਭਾਜੀ। ਜਿਹੜੇ ਹੁਣ 3-3 ਮੰਜ਼ਿਲਾਂ 'ਚ ਰਹਿੰਦੇ ਨੇ, ਉਹਦੇ ਜਵਾਕ ਭੋਰਾ ਭੋਰਾ, ਉੱਦਣ ਉਹ ਬਾਹਰ ਦੀ ਲੈ ਕੇ ਗਿਰ ਗਈ, ਗਿੱਟੇ 'ਤੇ ਮੋਚ ਆ ਗਈ, ਉਹ ਆ ਵੀ ਰਹੀ ਹੈ ਸਾਹਮਣੇ ਜਵਾਕ ਲੈ ਕੇ। ਦੱਸੋ ਪਾਣੀ ਜਦ ਵੀ ਜੇਈ ਨੂੰ ਫੋਨ ਕਰੋ, ਜੇਈ ਕਹੂਗਾ ਜੀ ਮੈਡਮ ਨਾਲ ਕਰੋ, ਮੈਡਮ ਨੂੰ ਕਰੋ, ਜਸਵੀਰ ਡਾਕਟਰ ਨੂੰ ਕਹਿ ਦਿੰਦੀ ਹੈ, ਜਸਵੀਰ ਕਹੂਗਾ ਜੀ ਉਹਨੂੰ ਫੋਨ ਕਰੋ, ਅੱਗੇ ਉਹਦੇ ਮੈਡਮ ਦੇ PA ਨਾਲ ਗੱਲ ਕਰੀ, ਉਹ ਮੈਨੂੰ ਕਹਿੰਦਾ ਯਾਰ ਤੁਸੀਂ ਸਾਨੂੰ ਫੋਨ ਕਰੀ ਜਾਂਦੇ, ਤੇਰੇ ਗਲੀ 'ਚ ਮਸਲਾ ਹੱਲ ਹੈ, ਅਤੇ ਸਾਡੀ ਕਿਹੜਾ ਗਲੀ ਪਿਓ ਦੀ ਹੈ, ਗਲੀ ਸਰਕਾਰੀ ਹੈ, ਤੁਸੀਂ ਸਰਕਾਰੀ ਪਾਣੀ ਦਾ ਹੱਲ ਕਰੋ। ਫਿਰ ਮੈਡਮ ਕਹਿੰਦੀ ਵੀ ਤੁਹਾਡੇ ਨਾ ਸੈਂਟਰ 'ਤੇ ਇੱਥੇ ਪੁਆਇੰਟ ਹੈਗਾ, ਇੱਥੇ ਅਸੀਂ ਇੱਕ ਟੈਂਪਰੇਰੀ ਟੁੱਲੂ ਪੰਪ ਲਾ ਦਿੰਦੇ ਹਾਂ। ਭਾਜੀ 2 ਮਹੀਨੇ ਹੋ ਗਏ ਪੂਰੇ, ਆ ਹੁਣ ਜਦ ਵੀ ਜਾਂਦੇ ਮੈਡਮ ਕੋਲ, ਟੈਂਡਰ ਪਾਸ ਹੋ ਗਿਆ, ਹੱਲ ਹੋਇਆ ਫਿਰ ਭਾਜੀ ਹੱਲ ਨਹੀਂ ਹੋਇਆ, ਫਿਰ ਤਾਂ ਸੜਕ ਜਾਮ ਕਰੂੰਗਾ ਮੈਂ, ਨਹਿਰ ਬੰਦ ਕਰ ਦੂੰਗਾ ਪੂਰੀ, ਇੱਥੇ ਗਿੱਲਾ ਵਾਲਾ ਪੁੱਲ 'ਤੇ ਜਾਮ ਲਾ ਦੂੰਗਾ ਪੂਰਾ ਹੀ। ਫਿਰ ਜੋ ਹੁੰਦਾ ਦੇਖੇ ਭਾਈ, ਗਰਮੀ ਇੰਨੀ ਪੈ ਰਹੀ, 2 ਮਹੀਨੇ ਹੋ ਗਏ, ਤੀਜੀ ਮੰਜ਼ਿਲ ਭਰਨਾ ਬਹੁਤ ਔਖਾ ਵਾ, ਮੈਂ ਤਾਂ ਛੋਟੇ ਛੋਟੇ ਜਵਾਕ ਆ, 2 ਵਾਰੀ ਤਾਂ ਮੈਂ ਗਿਰ ਲਈ ਮੋਚ ਆ ਲੱਤ 'ਤੇ, ਅਤੇ ਇੱਕ ਮੰਮੀ ਮੇਰੇ ਮਰੀਜ਼ ਨੇ, ਉਹਨਾਂ ਨੂੰ ਲੈਟਰਿੰਗ ਬਾਥਰੂਮ ਦਾ ਉਹਨਾਂ ਦਾ ਕਰਾਉਣਾ ਹੁੰਦਾ, ਬਹੁਤ ਔਖਾ ਹੋ ਗਿਆ ਪਾਣੀ ਦਾ। ਭਾਈ ਇੱਥੇ 2 ਮਹੀਨੇ ਤੋਂ ਜ਼ਿਆਦਾ ਹੋ ਗਿਆ, ਕੋਈ ਪਾਣੀ ਨਹੀਂ, ਕੋਈ ਹੱਲ ਨਹੀਂ ਹੈਗਾ ਸਾਡਾ, ਕੀ ਕਾਰਨ ਕੀ ਹੈ? ਗਲੀ 'ਚ ਕਾਰਨ ਕਹੀ ਜਾਂਦੇ ਆ ਵੀ ਟੈਂਡਰ ਪਾਸ ਹੋ ਗਿਆ, ਟੈਂਡਰ 2 ਮਹੀਨੇ ਤੋਂ ਹੀ ਸੁਣਦੇ ਆ ਟੈਂਡਰ ਪਾਸ ਹੋ ਗਿਆ, ਟੈਂਡਰ ਪਾਸ ਹੋ ਗਿਆ, ਪਰ ਅਲ ਤੱਕ ਨਾ ਟੈਂਡਰ ਲੱਭ ਰਿਹਾ ਨਾ ਕਿਤੇ ਪਾਣੀ ਲੱਭ ਰਿਹਾ ਵਾ। ਕਾਕਾ ਭਾਈ ਤੁਸੀਂ ਦੇਖ ਹੀ ਸਕਦੇ ਹੋ, ਗਰਮੀ ਦੇ ਵਿੱਚ ਜਵਾਕ ਪਾਲੀਏ ਕਿ ਦੱਸ ਪਾਣੀ ਢੋਈਏ, ਗੁਰਦੁਆਰਾ ਸਾਹਿਬ ਤੋਂ ਵੀ ਗੁਰਦੁਆਰੇ ਵਾਲੇ ਵੀ ਕਹੀ ਜਾਂਦੇ ਵੀ ਪਾਣੀ ਇੰਨਾ ਨਹੀਂ ਲੈਣਾ ਹੈਗਾ ਜਾਂ ਜੋ ਵੀ ਆ, ਅਸੀਂ ਬਾਅਦ 'ਚ ਚੱਕ ਚੱਕ ਦੂਜੇ ਦੇ ਘਰੋਂ ਲੈ ਕੇ ਆ ਰਹੇ ਹਾਂ ਪਾਣੀ। ਬਹੁਤ ਵੱਡੀ ਪਰੇਸ਼ਾਨੀ ਹੈ ਸਰ, ਬਹੁਤ ਵੱਡੀ। ਮੰਗ ਕਰਦੇ ਹਾਂ ਸਾਡੀ, ਸਾਨੂੰ ਪਾਣੀ ਪ੍ਰੋਪਰ ਦਿੱਤਾ ਜਾਵੇ, ਨਾ ਬਿਜਲੀ ਹੈ ਨਾ ਪਾਣੀ ਹੈ। ਜੇਕਰ ਅਸੀਂ ਸੜਕ ਬੰਦ ਕਰ ਦਾਂਗੇ, ਮੇਨ ਰੋਡ ਬੰਦ ਕਰ ਦਾਂਗੇ, ਹੋਰ ਹੱਲ ਕੀ? ਦੱਸੋ ਜਦ ਸਾਡੇ ਜਵਾਕ ਇੰਨੀ ਸੁੱਕੀ ਹੈਗੇ, ਅਸੀਂ ਫਿਰ ਕਾਹਦਾ ਸੁੱਖ ਲੈਣਾ ਹੈ? MLA ਸਾਹਿਬ ਨਾਲ ਗੱਲ ਹੋਈ? ਸਭ ਨਾਲ ਗੱਲ ਹੋ ਗਈ ਹੈ ਜੀ। ਉਹ ਵੀ ਲਾਰਾ ਲਾਈ ਜਾਂਦੇ ਨੇ। 2-2.5 ਮਹੀਨੇ ਹੋ ਗਏ ਵੀਰ, ਆਪਣੇ ਪਾਣੀ ਦੀ ਸਮੱਸਿਆ ਚੱਲਦੀ ਹੈ, ਇੱਥੇ ਮੋਟਰ ਖਰਾਬ ਆ ਗੁਰਦੁਆਰੇ ਦੇ ਨਾਲ ਆਪਣੀ, ਹੋਰ ਹੋਣ ਵਾਲਾ ਦੁਬਾਰਾ। 2-2.5 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਜੀ। ਅੱਛਾ, ਪਹਿਲਾਂ ਦੱਸਿਆ ਕਿਸੇ ਨੂੰ? ਹਾਂਜੀ ਵੀਰ, MLA ਸਾਹਿਬ ਕੋਲ ਵੀ ਇਹਨਾਂ ਦੀ, ਅਸੀਂ ਗਏ ਹਾਂ 2-3 ਵਾਰੀ, ਅਤੇ ਹੋਰ JEE ਸਾਹਿਬ ਕੋਲ ਵੀ ਇਹਨਾਂ ਦੀ ਹੈਗੀ ਆ, SDO ਨੂੰ ਵੀ ਪਤਾ ਇਸ ਬਾਰੇ, JEE ਨੂੰ ਅਸੀਂ ਬਹੁਤ ਵਾਰੀ ਕਿਹਾ ਵੀ ਆ ਕੇ ਜਾਇਜ਼ਾ ਮੌਕੇ 'ਤੇ ਆ ਕੇ ਦੇਖ ਕੇ ਜਾਓ, ਉਹ ਫੋਨ ਚੱਕਦੇ ਨੇ, ਆਉਂਦੇ ਆ ਜੀ, ਪਰ ਸਾਡੀ ਕੋਈ ਖਬਰ ਸਾਰ ਲੈਣੀ ਹੁੰਦਾ ਵੀਰ। ਅੱਛਾ ਜੀ, ਹਾਂਜੀ, ਕੀ ਮੰਗ ਕਰਦੇ? ਮੰਗ ਵੀ ਰਹੀ ਹੈ ਸਾਡੀ, ਜਿਹੜੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜੇ ਨਹੀਂ ਹੱਲ ਹੁੰਦਾ ਫਿਰ? ਹੱਲ ਵੀਰ, ਅਸੀਂ ਤਾਂ ਫਿਰ ਸਾਨੂੰ ਕੋਈ ਸਖ਼ਤ ਐਕਸ਼ਨ ਲੈਣ 'ਤੇ ਮਜਬੂਰ ਹੋਵਾਂਗੇ ਅਸੀਂ। ਸਾਡੇ 2 ਮਹੀਨੇ ਹੋ ਗਏ, ਪਾਣੀ ਦੀ ਬੜੀ ਪ੍ਰੋਬਲਮ ਆ, ਪਾਣੀ ਦੀ, ਲਾਈਟ ਦੀ, ਅਤੇ ਪਾਣੀ ਤਾਂ ਬਹੁਤ ਜ਼ਿਆਦਾ, ਬੱਚੇ ਢੋਂਦੇ ਢੋਂਦੇ, ਸਾਡੇ ਬੜੀ ਗਲੀ ਦੇ ਬੱਚੇ ਵਿਚਾਰਿਆਂ ਦੇ ਸੱਟਾਂ ਵੀ ਲੱਗੀਆਂ, ਵਿਚਾਰੇ ਡਿੱਗ ਗਏ ਪਾਣੀ ਢੋਂਦੇ ਢੋਂਦੇ, ਬਿਮਾਰ ਹੋ ਗਏ, ਕਈ ਵੈਸੇ ਚੱਕ ਚੱਕ ਕੇ ਬਿਮਾਰ ਹੋ ਗਏ, ਪਾਣੀ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ, ਅਤੇ ਬਸ ਇਹ ਸਾਨੂੰ ਇਹ ਵੀ ਸੋਲਵ ਕੀਤੀ ਜਾਵੇ, ਬਸ ਸਾਡੀ ਇਹ ਬੇਨਤੀ ਹੈ। ਕਿਸੇ ਨੂੰ ਕਿਹਾ ਵਾ ਜੀ ਪਹਿਲਾਂ? ਮੈਨੂੰ ਪਤਾ ਬੱਚੇ ਹੀ ਜਾਂਦੇ ਆ ਅੱਗੇ, ਹਾਂਜੀ ਕਹਿੰਦੇ ਆ, ਉਹ ਕਹਿੰਦੇ ਕਰ ਰਹੇ ਟੈਂਡਰ ਪਾਸ ਹੋ ਗਿਆ, ਕਹਿ ਰਹੇ ਹੁਣ ਬੱਚੇ ਜਾਂਦੇ, ਆਪਾਂ ਤਾਂ ਘਰ ਬੈਠੇ, ਆਪਾਂ ਨੂੰ ਇਹਨਾਂ ਨੇ ਪਾਣੀ ਦੀ ਦਿੱਕਤ ਸੀਗੀ, ਉਹ ਫਿਰ ਕਰਵਾਓ ਹਾਲੇ ਤਾਂ ਲੋਕ ਦਾ ਹਾਹਾਕਾਰ ਮੱਚੀ ਪਈ ਆ, ਕਹਿੰਦੇ 2 ਮਹੀਨੇ ਤੋਂ ਉੱਪਰ ਹੋ ਗਿਆ ਟਾਈਮ। ਵੀਰ ਬੁੜੀਆਂ ਬੰਦੇ ਸਾਰੇ ਖੜੇ ਨੇ ਗੁਰਦੁਆਰੇ ਲਾਗੇ, ਗੁਰਦੁਆਰੇ ਦੇ ਲਾਗੇ ਸਾਤ ਆ, ਗੱਲ ਕਰ ਲਓ, ਮੁਹੱਲਾ ਨਿਵਾਸੀ ਖੜੇ ਨੇ, ਮੈਂ ਤਾਂ ਕਰਕੇ ਮੈਂ ਕਿਹਾ ਪਹਿਲਾਂ ਪੁੱਛ ਲਾਂ। 7-6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 -
ਪਾਣੀ ਨਹੀਂ ਆ ਰਿਹਾ ਹੈਗਾ, ਲੋਕ ਤਾਂ ਸੜਕਾਂ ਬੰਦ ਕਰਨ ਨੂੰ ਫਿਰਦੇ ਨੇ ਜਿਸ ਹਿਸਾਬ ਨਾਲ ਇੱਥੇ ਕੱਟ ਹੋਇਆ ਵਾ। 2 ਮਹੀਨੇ ਹੋ ਗਏ ਆ, 2 ਮਹੀਨੇ ਤੋਂ ਵੱਧ ਹੋ ਗਿਆ ਜਵਾਕ ਰੋਈ ਆ, ਉੱਪਰ ਦੀ ਗਰਮੀ ਇੰਨੀ ਪੈਂਦੀ ਆ, ਨਾ ਲਾਈਟ ਛੱਡਦੇ ਆ, ਨਾ ਪਾਣੀ ਆ, ਦੱਸੋ ਕਿੱਧਰ ਜਾਈਏ। 2 ਮਹੀਨੇ ਦੇ ਉੱਤੇ ਹੋ ਗਏ ਟਰਾਂਸਫਾਰਮਰ ਉਹਦਾ ਨਜਾਇਜ਼ ਹੀ ਸਹੀ ਕੁਮਾਰੀਆਂ ਦਾ, ਉਹਦੇ ਕੋਲੇ ਨਹੀਂ ਖੜਿਆ ਜਾ ਰਿਹਾ ਹੈਗਾ। ਮੈਂ ਕਿਹਾ ਟਰਾਂਸਫਾਰਮਰ 'ਚ ਉੱਦਾਂ ਬਿਜਲੀ ਨਹੀਂ ਆ ਰਹੀ, ਪਾਣੀ ਨਹੀਂ ਹੈਗਾ, ਦੱਸੋ ਕੀ ਕਰੀਏ ਫਿਰ, ਵੋਟਾਂ ਕਦ ਲਈ ਪਾਉਂਦੇ ਆ ਉਹ, ਜਾ ਕੁਛ ਕਰਨਾ ਹੁੰਦਾ ਤੁਸੀਂ। ਉਹ ਸਰ ਲੋਕ ਨਾ ਇੱਥੇ ਇਕੱਠ ਹੋਇਆ ਹੋਇਆ ਸੀ ਵੱਡਾ, ਮੈਂ ਤਾਂ ਕਰਕੇ ਮੈਂ ਚੱਲ ਭਰਾ ਨੂੰ ਪੁੱਛਾਂ ਕੀ ਕਹਿੰਦੇ ਨੇ ਜੀ। ਉਹ ਇਹ ਕਹਿੰਦੇ ਨੇ, ਕਹਿੰਦੇ ਸਾਨੂੰ 2 ਮਹੀਨੇ ਤੋਂ ਇਹੀ ਗੱਲ ਕਹਿ ਰਹੇ ਨੇ। ਮੈਂ ਕਹਿੰਦਾ ਯਾਰ ਹੱਲ ਕਰੋ, ਗਰੀਬ ਬੰਦੇ ਪਤਾ ਕੀ ਇੱਥੇ ਰੋਕ। ਚਲੋ ਆ ਕੇ ਜਾਇਓ ਸਰ, ਇਹਨਾਂ ਕੋਲ ਆ ਕੇ ਜਾਇਓ ਜੀ।